और बहुत सारे लोग जिहड़े ने ਉਹ ਦੀਪ ਸਿੱਧੂ ਦੇ ਬਾਰੇ 'ਚ ਜਾਣਕਾਰੀ ਲੈਣਾ ਚਾਹੁੰਦੇ ਨੇ, ਮੈਸੇਜ ਕਰ ਰਹੇ ਨੇ, ਵਟਸਐਪ ਕਰ ਰਹੇ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹੈ, ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ, ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਆ। ਕੁਛ ਵੀ ਕਰਨਾ ਪਵੇ, ਕਿੰਨੇ ਵੀ ਵੱਡੇ ਵਕੀਲ ਖੜੇ ਕਰਨੇ ਪੈਣ, ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ। ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰ ਹਾਂ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ। ਜੋ ਵੀ ਸਾਡੇ ਤੋਂ ਅਸਿਸਟੈਂਸ ਚਾਹੀਦੀ ਹੋਊਗੀ ਅਸੀਂ ਬਿਲਕੁਲ ਨਾਲ ਖਲੋਵਾਂਗੇ। ਸਾਡਾ ਫਰਜ਼ ਬਣਦਾ ਆਪਣੀ ਕੌਮ ਨਾਲ ਖਲੋਣਾ, ਅਸੀਂ ਆਪਣੀ ਕੌਮ ਨਾਲ ਖਲੋਵਾਂਗੇ। ਔਰ ਮੈਂ ਦੂਜੀ ਵੇਖ ਤੁਹਾਨੂੰ ਅੱਜ ਵੱਡੀ ਖਬਰ ਦੇਣਾ ਚਾਹੁੰਦਾ। ਰਣਜੀਤ ਸਿੰਘ ਜਿਸ ਨੂੰ ਵਾਲਾਂ ਫੜ ਫੜ ਕੁੱਟਿਆ ਗਿਆ, ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਹਨਾਂ ਸਾਰਿਆਂ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਦਰਜ ਕਰਾਇਆ। ਅਲੀਪੁਰ ਪੁਲਿਸ ਸਟੇਸ਼ਨ ਅੰਦਰ ਅਸੀਂ ਇਹ ਕੰਪਲੇਂਟ ਦਿੱਤੀ ਆ, ਔਰ ਉਮੀਦ ਕਰਦੇ ਹਾਂ ਕਿ ਅਗਰ ਪੁਲਿਸ ਇਸ 'ਤੇ ਇਮਾਨਦਾਰ ਆ, ਅਗਰ ਕਮਿਸ਼ਨਰ ਪੁਲਿਸ ਸਮਝਦੇ ਨੇ ਕਿ ਪੁਲਿਸ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਤਾਂ ਤੁਰੰਤ ਇਹਨਾਂ 'ਤੇ ਮੁਕੱਦਮੇ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ। ਨਹੀਂ ਤਾਂ ਅਸੀਂ ਇਸ ਕੇਸ ਨੂੰ ਲੈ ਕੇ 156 ਦਿਨ 'ਚ ਕੋਰਟ 'ਚ ਵੀ ਜਾਵਾਂਗੇ, ਔਰ ਉੱਥੋਂ ਜਾ ਕੇ ਮੁਕੱਦਮਾ ਦਰਜ ਕਰਾ ਕੇ ਇਹਨਾਂ ਸਾਰਿਆਂ ਨੂੰ ਅੰਦਰ ਕਰਾਵਾਂਗੇ ਜਿਨ੍ਹਾਂ ਨੇ ਰਣਜੀਤ ਨਾਲ ਜਾਤੀ ਕੀਤੀ ਆ, ਕੁੱਟਮਾਰ ਕੀਤੀ ਆ। ਸਬਕ ਸਿਖਾਵਾਂਗੇ, ਅਸੀਂ ਡਰਨ ਵਾਲੇ ਨਹੀਂ, ਅਸੀਂ ਰੁਕਣ ਵਾਲੇ ਨਹੀਂ, ਔਰ ਜ਼ਬਰ ਔਰ ਜ਼ੁਲਮ ਦਾ ਟਾਕਰਾ ਕਰਦੇ ਰਹੀ ਹਮੇਸ਼ਾ ਅਸੀਂ ਖੜ੍ਹੇ ਰਹੇ ਹਾਂ, ਖੜ੍ਹੇ ਰਹਾਂਗੇ ਆਪਣੇ ਭਰਾਵਾਂ ਪਿੱਛੇ। ਕੁਛ ਵੀ ਹੋ ਜਾਏ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਾਂਗੇ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੀਪ ਸਿੱਧੂ ਦੇ ਬਾਰੇ 'ਚ ਜਾਣਕਾਰੀ ਲੈਣਾ ਚਾਹੁੰਦੇ ਨੇ, ਮੈਸੇਜ ਕਰ ਰਹੇ ਨੇ, ਵਟਸਐਪ ਕਰ ਰਹੇ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹੈ, ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ, ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਆ। ਕੁਛ ਵੀ ਕਰਨਾ ਪਵੇ, ਕਿੰਨੇ ਵੀ ਵੱਡੇ ਵਕੀਲ ਖੜੇ ਕਰਨੇ ਪੈਣ, ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ। ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰ ਹਾਂ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ। ਜੋ ਵੀ ਸਾਡੇ ਤੋਂ ਅਸਿਸਟੈਂਸ ਚਾਹੀਦੀ ਹੋਊਗੀ ਅਸੀਂ ਬਿਲਕੁਲ ਨਾਲ ਖਲੋਵਾਂਗੇ। ਸਾਡਾ ਫਰਜ਼ ਬਣਦਾ ਆਪਣੀ ਕੌਮ ਨਾਲ ਖਲੋਣਾ, ਅਸੀਂ ਆਪਣੀ ਕੌਮ ਨਾਲ ਖਲੋਵਾਂਗੇ। ਔਰ ਮੈਂ ਦੂਜੀ ਵੇਖ ਤੁਹਾਨੂੰ ਅੱਜ ਵੱਡੀ ਖਬਰ ਦੇਣਾ ਚਾਹੁੰਦਾ। ਰਣਜੀਤ ਸਿੰਘ ਜਿਸ ਨੂੰ ਵਾਲਾਂ ਫੜ ਫੜ ਕੁੱਟਿਆ ਗਿਆ, ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਹਨਾਂ ਸਾਰਿਆਂ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਦਰਜ ਕਰਾਇਆ। ਅਲੀਪੁਰ ਪੁਲਿਸ ਸਟੇਸ਼ਨ ਅੰਦਰ ਅਸੀਂ ਇਹ ਕੰਪਲੇਂਟ ਦਿੱਤੀ ਆ, ਔਰ ਉਮੀਦ ਕਰਦੇ ਹਾਂ ਕਿ ਅਗਰ ਪੁਲਿਸ ਇਸ 'ਤੇ ਇਮਾਨਦਾਰ ਆ, ਅਗਰ ਕਮਿਸ਼ਨਰ ਪੁਲਿਸ ਸਮਝਦੇ ਨੇ ਕਿ ਪੁਲਿਸ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਤਾਂ ਤੁਰੰਤ ਇਹਨਾਂ 'ਤੇ ਮੁਕੱਦਮੇ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ। ਨਹੀਂ ਤਾਂ ਅਸੀਂ ਇਸ ਕੇਸ ਨੂੰ ਲੈ ਕੇ 156 ਦਿਨ 'ਚ ਕੋਰਟ 'ਚ ਵੀ ਜਾਵਾਂਗੇ, ਔਰ ਉੱਥੋਂ ਜਾ ਕੇ ਮੁਕੱਦਮਾ ਦਰਜ ਕਰਾ ਕੇ ਇਹਨਾਂ ਸਾਰਿਆਂ ਨੂੰ ਅੰਦਰ ਕਰਾਵਾਂਗੇ ਜਿਨ੍ਹਾਂ ਨੇ ਰਣਜੀਤ ਨਾਲ ਜਾਤੀ ਕੀਤੀ ਆ, ਕੁੱਟਮਾਰ ਕੀਤੀ ਆ। ਸਬਕ ਸਿਖਾਵਾਂਗੇ, ਅਸੀਂ ਡਰਨ ਵਾਲੇ ਨਹੀਂ, ਅਸੀਂ ਰੁਕਣ ਵਾਲੇ ਨਹੀਂ, ਔਰ ਜ਼ਬਰ ਔਰ ਜ਼ੁਲਮ ਦਾ ਟਾਕਰਾ ਕਰਦੇ ਰਹੀ ਹਮੇਸ਼ਾ ਅਸੀਂ ਖੜ੍ਹੇ ਰਹੇ ਹਾਂ, ਖੜ੍ਹੇ ਰਹਾਂਗੇ ਆਪਣੇ ਭਰਾਵਾਂ ਪਿੱਛੇ। ਕੁਛ ਵੀ ਹੋ ਜਾਏ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਾਂਗੇ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੀਪ ਸਿੱਧੂ ਦੇ ਬਾਰੇ 'ਚ ਜਾਣਕਾਰੀ ਲੈਣਾ ਚਾਹੁੰਦੇ ਨੇ, ਮੈਸੇਜ ਕਰ ਰਹੇ ਨੇ, ਵਟਸਐਪ ਕਰ ਰਹੇ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹੈ, ਜਿਸ ਦਿਨ ਦੀਪ ਸਿੱਧੂ ਨੂੰ ਜੁਡੀਸ਼ੀਅਲ ਕਸਟਡੀ ਭੇਜਿਆ ਗਿਆ, ਮੈਂ ਉਸ ਦਿਨ ਵੀ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਉਹਨਾਂ ਨੂੰ ਅਸ਼ੋਰ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਡਟ ਕੇ ਤੁਹਾਡੇ ਨਾਲ ਖੜ੍ਹੀ ਆ। ਕੁਛ ਵੀ ਕਰਨਾ ਪਵੇ, ਕਿੰਨੇ ਵੀ ਵੱਡੇ ਵਕੀਲ ਖੜ੍ਹੇ ਕਰਨੇ ਪੈਣ, ਅਸੀਂ ਤੁਹਾਨੂੰ ਜ਼ਮਾਨਤ ਤੇ ਬਾਹਰ ਛੇਤੀ ਲੈ ਕੇ ਆਵਾਂਗੇ। ਮੈਂ ਉਹਨਾਂ ਦੇ ਭਰਾ ਦੇ ਨਾਲ ਸੰਪਰਕ ਅੰਦਰ ਹਾਂ, ਉਹਨਾਂ ਦੇ ਬ੍ਰਦਰ ਖੁਦ ਐਡਵੋਕੇਟ ਨੇ। ਜੋ ਵੀ ਸਾਡੇ ਤੋਂ ਅਸਿਸਟੈਂਸ ਚਾਹੀਦੀ ਹੋਊਗੀ ਅਸੀਂ ਬਿਲਕੁਲ ਨਾਲ ਖਲੋਵਾਂਗੇ। ਸਾਡਾ ਫਰਜ਼ ਬਣਦਾ ਆਪਣੀ ਕੌਮ ਨਾਲ ਖਲੋਣਾ, ਅਸੀਂ ਆਪਣੀ ਕੌਮ ਨਾਲ ਖਲੋਵਾਂਗੇ। ਔਰ ਮੈਂ ਦੂਜੀ ਵੇਖ ਤੁਹਾਨੂੰ ਅੱਜ ਵੱਡੀ ਖਬਰ ਦੇਣਾ ਚਾਹੁੰਦਾ। ਰਣਜੀਤ ਸਿੰਘ ਜਿਸ ਨੂੰ ਵਾਲਾਂ ਫੜ ਫੜ ਕੁੱਟਿਆ ਗਿਆ, ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਉਹਨਾਂ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਹਨਾਂ ਸਾਰਿਆਂ ਦੇ ਖਿਲਾਫ਼ ਕ੍ਰਿਮੀਨਲ ਮੁਕੱਦਮਾ ਦਰਜ ਕਰਾਇਆ। ਅਲੀਪੁਰ ਪੁਲਿਸ ਸਟੇਸ਼ਨ ਅੰਦਰ ਅਸੀਂ ਇਹ ਕੰਪਲੇਂਟ ਦਿੱਤੀ ਆ, ਔਰ ਉਮੀਦ ਕਰਦੇ ਹਾਂ ਕਿ ਅਗਰ ਪੁਲਿਸ ਇਸ 'ਤੇ ਇਮਾਨਦਾਰ ਆ, ਅਗਰ ਕਮਿਸ਼ਨਰ ਪੁਲਿਸ ਸਮਝਦੇ ਨੇ ਕਿ ਪੁਲਿਸ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਤਾਂ ਤੁਰੰਤ ਇਹਨਾਂ 'ਤੇ ਮੁਕੱਦਮੇ ਦਰਜ ਕਰਕੇ ਇਹਨੂੰ ਅਰੈਸਟ ਕੀਤਾ ਜਾਵੇ। ਨਹੀਂ ਤਾਂ ਅਸੀਂ ਇਸ ਕੇਸ ਨੂੰ ਲੈ ਕੇ 156 ਦਿਨ 'ਚ ਕੋਰਟ 'ਚ ਵੀ ਜਾਵਾਂਗੇ, ਔਰ ਉੱਥੋਂ ਜਾ ਕੇ ਮੁਕੱਦਮਾ ਦਰਜ ਕਰਾ ਕੇ ਇਹਨਾਂ ਸਾਰਿਆਂ ਨੂੰ ਅੰਦਰ ਕਰਾਵਾਂਗੇ ਜਿਨ੍ਹਾਂ ਨੇ ਰਣਜੀਤ ਨਾਲ ਜਾਤੀ ਕੀਤੀ ਆ, ਕੁੱਟਮਾਰ ਕੀਤੀ ਆ। ਸਬਕ ਸਿਖਾਵਾਂਗੇ, ਅਸੀਂ ਡਰਨ ਵਾਲੇ ਨਹੀਂ, ਅਸੀਂ ਰੁਕਣ ਵਾਲੇ ਨਹੀਂ, ਔਰ ਜ਼ਬਰ ਔਰ ਜ਼ੁਲਮ ਦਾ ਟਾਕਰਾ ਕਰਦੇ ਰਹੀ ਹਮੇਸ਼ਾ ਅਸੀਂ ਖੜ੍ਹੇ ਰਹੇ ਹਾਂ, ਖੜ੍ਹੇ ਰਹਾਂਗੇ ਆਪਣੇ ਭਰਾਵਾਂ ਪਿੱਛੇ। ਕੁਛ ਵੀ ਹੋ ਜਾਏ ਆਪਣੇ ਭਰਾਵਾਂ ਦਾ ਸਾਥ ਨਹੀਂ ਛੱਡਾਂਗੇ। ਔਰ ਬਹੁਤ